ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਜਲੰਧਰ ਵੈਸਟ ਸੀਟ ਲਈ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ। ਤੁਹਾਨੂੰ ਦੱਸ ਦੇ ਕਿ 10 ਜੂਨ ਨੂੰ ਜਿਹੜਾ ਕਿ ਵੋਟਿੰਗ ਹੋਊਗੀ ਤੇ 13 ਨੂੰ ਜਿਹੜਾ ਕਿ ਨਤੀਜੇ ਸਭ ਦੇ ਸਾਹਮਣੇ ਆ ਜੂਗੇ। ਤੁਹਾਨੂੰ ਦੱਸ ਦੇ ਕਿ ਇਹ ਸੀਟ ਜਿਹੜੀ ਕਿ ਕਾਫੀ ਇੰਟਰਸਟਿੰਗ ਬਣ ਚੁੱਕੀ ਹੈ ਕਿਉਂਕਿ ਹਾਲ ਹੀ ਵਿੱਚ ਲੋਕ ਸਭਾ ਦੀ ਚੋਣਾਂ ਹੋਈ ਹੈ ਤੇ ਨਾਲ ਹੀ ਕਹਿ ਸਕਦੇ ਕਿ ਜਲੰਧਰ ਵਾਸੀਆਂ ਨੂੰ ਹੁਣ ਜਿਹੜੇ ਵੈਸਟ ਦੇ ਲੋਕ ਹੈ ਉਹਨਾਂ ਨੂੰ ਦੁਬਾਰਾ ਵੋਟ ਕਰਨ ਵਾਸਤੇ ਜਾਣਾ ਪਊਗਾ ਕਿਉਂਕਿ ਗਰਮੀ ਤਾਂ ਬਹੁਤ ਜ਼ਿਆਦਾ ਵੈ, ਲੇਕਿਨ ਇੱਕ ਚੰਗਾ ਨੇਤਾ ਚੁਣਨ ਲਈ ਜਿਹੜਾ ਕਿ ਉਹਨਾਂ ਨੂੰ ਘਰੋਂ ਬਾਹਰ ਨਿਕਲਣਾ ਪਊਗਾ। ਤੇ ਗੱਲ ਕਰੀਏ ਸੀਟ ਦੀ ਤੇ 2022 ਵਿੱਚ ਆਮ ਆਦਮੀ ਪਾਰਟੀ ਨੇ ਇਹ ਸੀਟ ਜਿੱਤੀ ਸੀਗੀ ਤੇ ਇੱਕ ਵਾਰ ਫੇਰ ਤੋਂ ਜਿਹੜਾ ਕਿ ਆਮ ਆਦਮੀ ਪਾਰਟੀ ਜ਼ੋਰ ਲਗਾਉਂਦੇ ਹੋਏ ਨਜ਼ਰ ਆ ਰਹੀ ਹੈ। ਅਸੀਂ ਇਸ ਵਕਤ ਜਲੰਧਰ ਦੇ ਦੀਪਨਗਰ ਵਿੱਚ ਮੌਜੂਦ ਹੈ, ਪਿੱਛੇ ਇੱਕ ਕੋਠੀ ਨਜ਼ਰ ਆ ਰਹੀ ਹੋਊਗੀ ਤੁਹਾਨੂੰ। ਹੁਣ ਦੱਸਦੇ ਕਿ ਪਤਾ ਲੱਗ ਰਿਹਾ ਕਿ ਇਸ ਕੋਠੀ ਵਿੱਚ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਦੇ ਨਾਲ ਆ ਕੇ ਇੱਥੇ ਰਹਿਣਗੇ ਤੇ ਇੱਥੋਂ ਤੇ ਉਹ ਜਿਹੜੇ ਕੀ ਹੈ ਪੰਜਾਬ ਦੀ ਸਰਕਾਰ ਵੀ ਚੱਲੂਗੀ ਤੇ ਉਸ ਤੋਂ ਇਲਾਵਾ ਜਿਹੜੇ ਜਿਮਣੀ ਚੋਣ ਵਿੱਚ ਜਿਹੜੇ ਫੈਸਲੇ ਹੋਊਗੇ ਜਾਂ ਰਣਨੀਤੀ ਹੋਊਗੀ ਇਸੇ ਕੋਠੀ ਵਿੱਚ ਜਿਹੜੀ ਕੀ ਹੈ ਬੈਠ ਕੇ ਜਿਹੜੀ ਕਿ ਤਿਆਰ ਹੋਊਗੀ। ਕਾਫੀ ਵੱਡੀ ਕੋਠੀ ਹੈਗੀ ਹੈ, ਇੱਥੇ ਕਾਫੀ ਜਿਹੜੀ ਗੱਡੀਆਂ ਆ ਸਕਦੀ ਸਿੱਧਾ। ਤੇ ਤੁਹਾਨੂੰ ਦੱਸਦਾ ਕਿ ਇਹ ਜਿਹੜੀ ਰੋਡ ਹੈ ਇਹ ਵੀ ਹਾਲ ਹੀ ਵਿੱਚ ਜਿਹੜੀ ਕਿ ਤਿਆਰ ਹੋਈ ਹੈ ਤੇ ਹੋਰ ਵੀ ਜਿਹੜੇ ਕਿ ਅੰਦਰ ਕੋਠੀ ਵਿੱਚ ਕੰਮ ਚੱਲਦਾ ਪਿਆ, ਕਾਫੀ ਲੇਬਰ ਦੇ ਜਿਹੜੇ ਕਿ ਬੰਦੇ ਅੰਦਰ ਲੱਗੇ ਹੋਏ ਆ ਤੇ ਕਾਫੀ ਜ਼ੋਰਾਂ ਸ਼ੋਰਾਂ ਨਾਲ ਜਿਹੜਾ ਕਿ ਕੰਮਕਾਜ ਜਿਹੜਾ ਕਿ ਚੱਲਦਾ ਪਿਆ। ਫਿਲਹਾਲ ਹਜੇ ਕੋਈ ਗੱਲਬਾਤ ਨਹੀਂ ਕਰ ਰਿਹਾ ਹੈਗਾ, ਪਰ ਪਤਾ ਲੱਗ ਰਿਹਾ ਸੋਰਸ ਤੋਂ ਕਿ ਇਸੇ ਕੋਠੀ ਦੇ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਮਾਨ 2-4 ਦਿਨਾਂ ਵਿੱਚ ਜਿਹੜਾ ਕਿ ਇੱਥੇ ਆ ਜੂਗੇ ਤੇ ਇੱਥੋਂ ਹੀ ਜਿਹੜਾ ਕੀ ਆ ਅੱਗੇ ਦੀ ਜਿਹੜੀ ਕਿ ਰਣਨੀਤੀ ਜਿਹੜੀ ਕਿ ਚੱਲੂਗੀ ਇੱਥੋਂ ਹੀ ਸਭ ਕੁਝ ਤਿਆਰ ਹੋਊਗਾ। ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਵਾਰ ਜਿਹੜੀ ਜਿਮਣੀ ਚੋਣਾਂ 'ਚ ਬਾਜੀ ਕੌਣ ਮਾਰੂਗਾ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ ਜਲੰਧਰ। ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਜਲੰਧਰ ਵੈਸਟ ਸੀਟ ਲਈ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ। ਤੁਹਾਨੂੰ ਦੱਸ ਦੇ ਕਿ 10 ਜੂਨ ਨੂੰ ਜਿਹੜਾ ਕਿ ਵੋਟਿੰਗ ਹੋਊਗੀ ਤੇ 13 ਨੂੰ ਜਿਹੜਾ ਕਿ ਨਤੀਜੇ ਸਭ ਦੇ ਸਾਹਮਣੇ ਆ ਜੂਗੇ। ਤੁਹਾਨੂੰ ਦੱਸ ਦੇ ਕਿ ਇਹ ਸੀਟ ਜਿਹੜੀ ਕਿ ਕਾਫੀ ਇੰਟਰਸਟਿੰਗ ਬਣ ਚੁੱਕੀ ਹੈ ਕਿਉਂਕਿ ਹਾਲ ਹੀ ਵਿੱਚ ਲੋਕ ਸਭਾ ਦੀ ਚੋਣਾਂ ਹੋਈ ਹੈ ਤੇ ਨਾਲ ਹੀ ਕਹਿ ਸਕਦੇ ਕਿ ਜਲੰਧਰ ਵਾਸੀਆਂ ਨੂੰ ਹੁਣ ਜਿਹੜੇ ਵੈਸਟ ਦੇ ਲੋਕ ਹੈ ਉਹਨਾਂ ਨੂੰ ਦੁਬਾਰਾ ਵੋਟ ਕਰਨ ਵਾਸਤੇ ਜਾਣਾ ਪਊਗਾ ਕਿਉਂਕਿ ਗਰਮੀ ਤਾਂ ਬਹੁਤ ਜ਼ਿਆਦਾ ਵੈ, ਲੇਕਿਨ ਇੱਕ ਚੰਗਾ ਨੇਤਾ ਚੁਣਨ ਲਈ ਜਿਹੜਾ ਕਿ ਉਹਨਾਂ ਨੂੰ ਘਰੋਂ ਬਾਹਰ ਨਿਕਲਣਾ ਪਊਗਾ। ਤੇ ਗੱਲ ਕਰੀਏ ਸੀਟ ਦੀ ਤੇ 2022 ਵਿੱਚ ਆਮ ਆਦਮੀ ਪਾਰਟੀ ਨੇ ਇਹ ਸੀਟ ਜਿੱਤੀ ਸੀਗੀ ਤੇ ਇੱਕ ਵਾਰ ਫੇਰ ਤੋਂ ਜਿਹੜਾ ਕਿ ਆਮ ਆਦਮੀ ਪਾਰਟੀ ਜ਼ੋਰ ਲਗਾਉਂਦੇ ਹੋਏ ਨਜ਼ਰ ਆ ਰਹੀ ਹੈ। ਅਸੀਂ ਇਸ ਵਕਤ ਜਲੰਧਰ ਦੇ ਦੀਪਨਗਰ ਵਿੱਚ ਮੌਜੂਦ ਹੈ, ਪਿੱਛੇ ਇੱਕ ਕੋਠੀ ਨਜ਼ਰ ਆ ਰਹੀ ਹੋਊਗੀ ਤੁਹਾਨੂੰ। ਹੁਣ ਦੱਸ ਦੇ ਕਿ ਪਤਾ ਲੱਗ ਰਿਹਾ ਕਿ ਇਸ ਕੋਠੀ ਵਿੱਚ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਦੇ ਨਾਲ ਆ ਕੇ ਇੱਥੇ ਰਹਿਣਗੇ ਤੇ ਇੱਥੋਂ ਤੇ ਉਹ ਜਿਹੜੇ ਕੀ ਹੈ ਪੰਜਾਬ ਦੀ ਸਰਕਾਰ ਵੀ ਚੱਲੂਗੀ ਤੇ ਉਸ ਤੋਂ ਇਲਾਵਾ ਜਿਹੜੇ ਜਿਮਣੀ ਚੋਣ ਵਿੱਚ ਜਿਹੜੇ ਫੈਸਲੇ ਹੋਊਗੇ ਜਾਂ ਰਣਨੀਤੀ ਹੋਊਗੀ ਇਸੇ ਕੋਠੀ ਵਿੱਚ ਜਿਹੜੀ ਕੀ ਹੈ ਬੈਠ ਕੇ ਜਿਹੜੀ ਕਿ ਤਿਆਰ ਹੋਊਗੀ। ਕਾਫੀ ਵੱਡੀ ਕੋਠੀ ਹੈਗੀ ਹੈ, ਇੱਥੇ ਕਾਫੀ ਜਿਹੜੀ ਗੱਡੀਆਂ ਆ ਸਕਦੀ ਸਿੱਧਾ। ਤੇ ਤੁਹਾਨੂੰ ਦੱਸਦਾ ਕਿ ਇਹ ਜਿਹੜੀ ਰੋਡ ਹੈ ਇਹ ਵੀ ਹਾਲ ਹੀ ਵਿੱਚ ਜਿਹੜੀ ਕਿ ਤਿਆਰ ਹੋਈ ਹੈ ਤੇ ਹੋਰ ਵੀ ਜਿਹੜੇ ਕਿ ਅੰਦਰ ਕੋਠੀ ਵਿੱਚ ਕੰਮ ਚੱਲਦਾ ਪਿਆ, ਕਾਫੀ ਲੇਬਰ ਦੇ ਜਿਹੜੇ ਕਿ ਬੰਦੇ ਅੰਦਰ ਲੱਗੇ ਹੋਏ ਆ ਤੇ ਕਾਫੀ ਜ਼ੋਰਾਂ ਸ਼ੋਰਾਂ ਨਾਲ ਜਿਹੜਾ ਕਿ ਕੰਮਕਾਜ ਜਿਹੜਾ ਕਿ ਚੱਲਦਾ ਪਿਆ। ਫਿਲਹਾਲ ਹਜੇ ਕੋਈ ਗੱਲਬਾਤ ਨਹੀਂ ਕਰ ਰਿਹਾ ਹੈਗਾ, ਪਰ ਪਤਾ ਲੱਗ ਰਿਹਾ ਸੋਰਸ ਤੋਂ ਕਿ ਇਸੇ ਕੋਠੀ ਦੇ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਮਾਨ 2-4 ਦਿਨਾਂ ਵਿੱਚ ਜਿਹੜਾ ਕਿ ਇੱਥੇ ਆ ਜੂਗੇ ਤੇ ਇੱਥੋਂ ਹੀ ਜਿਹੜਾ ਕੀ ਹੈ ਅੱਗੇ ਦੀ ਜਿਹੜੀ ਕਿ ਰਣਨੀਤੀ ਜਿਹੜੀ ਕਿ ਚੱਲੂਗੀ ਇੱਥੋਂ ਹੀ ਸਭ ਕੁਝ ਤਿਆਰ ਹੋਊਗਾ। ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਵਾਰ ਜਿਹੜੀ ਜਿਮਣੀ ਚੋਣਾਂ 'ਚ ਬਾਜੀ ਕੌਣ ਮਾਰੂਗਾ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ ਜਲੰਧਰ।